ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਬੀਜੀਆਂ ਗਈਆਂ ਸੀ ਉਹ ਸੁੰਡੀ ਖਾਣੀ ਸ਼ੁਰੂ ਹੋ ਗਈ ਹੈ, ਕਿਉਂਕਿ ਹੁਣ ਅਸੀਂ ਪਿੰਡ ਸੰਗਤਪੁਰਾ ਵਿਖੇ ਇੱਕ ਗੁਰਵਿੰਦਰ ਸਿੰਘ ਦੇ ਖੇਤ ਵਿੱਚ ਖੜ੍ਹੇ ਹਾਂ, ਜਿਹਦੇ ਵਿੱਚ ਕਿ ਉਹਨਾਂ ਨੇ ਬਿਨਾਂ ਅੱਗ ਲਗਾਏ ਖੇਤ ਜਿਹੜੀ ਕਣਕ ਦੀ ਬਿਜਾਈ ਕੀਤੀ ਸੀ, ਉਹ ਕਣਕ ਹੈ ਜਿਹੜੀ ਉਹ ਖਰਾਬ ਹੋ ਗਈ ਹੈ, ਖੇਤ ਖਾਲੀ ਹੋ ਚੁੱਕੇ ਨੇ। ਗੁਰਵਿੰਦਰ ਸਿੰਘ ਸਾਡੇ ਨਾਲ ਹੈ, ਕਿਉਂਕਿ ਉਹਨਾਂ ਨੂੰ ਵੀ ਪੁੱਛਦੇ ਹਾਂ, ਕਿਉਂਕਿ ਸਰਕਾਰ ਵੱਲੋਂ ਸਖਤੀ ਵੀ ਕੀਤੀ ਗਈ ਸੀ ਵੀ ਅੱਗ ਨਾ ਲਾਈ ਜਾਵੇ, ਲਗਾਤਾਰ ਸਰਕਾਰ ਵੱਲੋਂ ਅੱਗ ਲਾਉਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀਗਾ। ਕੀ ਨਾਮ ਹੈ ਭਾਅ ਜੀ? ਮੇਰਾ ਨਾਮ ਗੋਵਿੰਦਰ ਸਿੰਘ ਹੈ ਜੀ, ਪਿੰਡ ਮੇਰਾ ਸੰਗਤਪੁਰ ਹੈ। ਗੋਵਿੰਦਰ ਸਿੰਘ, ਜਿਸ ਤਰ੍ਹਾਂ ਸਰਕਾਰ ਨੇ ਕਣਕ ਨੂੰ ਜੀਰੀ ਨੂੰ ਝੋਨੇ ਨੂੰ ਅੱਗ ਲਾਉਣ ਤੋਂ ਨਾੜ ਨੂੰ ਰੋਕਿਆ ਸੀਗਾ, ਉਸੇ ਤਰ੍ਹਾਂ ਤੁਸੀਂ ਕਣਕ ਬੀਜੀ ਹੈ, ਤਾਂ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੈਗੇ? ਹਾਲਾਤ ਬਹੁਤ ਮਾੜੇ ਜੀ, ਬਿਲਕੁਲ ਜਿੰਨੇ ਮਤਲਬ ਅਸੀਂ ਬਿਨਾਂ ਅੱਗ ਲਾਏ ਐਤਕੀ ਕਣਕ ਬੀਜੀ ਹੈ ਸਾਰੀ, ਮਤਲਬ 22 ਕਿੱਲੇ 22 ਦੇ 22 ਮੈਂ ਬਿਨਾਂ ਕਣਕ ਨੂੰ ਨਾੜ ਨੂੰ ਅੱਗ ਲਾਏ ਕਣਕ ਬੀਜਤੀ, ਮੇਰੀ ਕਣਕ ਬਿਲਕੁਲ ਹੁਣ ਖਤਮ ਹੋ ਗਈ, ਬਿਲਕੁਲ ਹੀ ਖਤਮ ਹੋ ਗਈ ਜੀ। ਕੀ ਆਇਆ ਇਹਨਾਂ ਦੇ ਵਿੱਚ? ਤੁਸੀਂ ਸੁੰਡੀਆਂ ਵੀ ਦਿਖਾਈਆਂ ਸੀਗੀਆਂ, ਕਿਉਂਕਿ ਸੁੰਡੀਆਂ ਬਹੁਤ ਜ਼ਿਆਦਾ ਆਈਆਂ ਹੋਈਆਂ, ਕਣਕ ਖਾਲੀ ਹੋ ਗਏ, ਖੇਤ ਖਾਲੀ ਹੋ ਗਿਆ। ਹਾਂਜੀ ਹਾਂ, ਗੁਲਾਬੀ ਸੁੰਡੀ ਦਾ ਹਮਲਾ ਹੀ ਇਹ 'ਚ, ਬਿਲਕੁਲ ਅਸੀਂ 3 ਤੋਂ 4 ਸਪਰੇਆਂ ਕਰਤੀਆਂ ਜੀ, ਮਤਲਬ ਸਾਨੂੰ ਇਹਦਾ ਵੀ ਮਤਲਬ ਕੋਈ ਬੈਨੀਫਿਟ ਨਹੀਂ ਮਿਲਿਆ ਹੈਗਾ, ਜਿੰਨੀਆਂ ਵੀ 4 ਸਪਰੇਆਂ ਕਰੀਆਂ 4 ਦਾ 4 ਕੁਛ ਨਹੀਂ ਮਿਲਿਆ ਹੈਗਾ ਸਾਨੂੰ, ਐਂ ਬਿਲਕੁਲ ਹੀ ਖਾਈ ਜਾ ਰਹੀ ਹੈ। ਹੁਣ ਵੀ ਕੱਲ੍ਹ ਸਪਰੇ ਕਰੀ, ਅੱਜ ਦੇਖਿਆ ਅੱਜ ਫਿਰ ਸੁੰਡੀ ਆਈ ਫਿਰ ਰਹੀ ਹੈ ਜੀ। ਪਰ ਸਰਕਾਰ ਦੇ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਆਦੇਸ਼ ਸੀਗੇ ਵੀ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਗ ਨਹੀਂ ਲਗਾਉਣੀ, ਇਸ ਨੂੰ ਲੈ ਕੇ ਕਿਸਾਨਾਂ ਨੇ ਬਹੁਤ ਲੋਕਾਂ ਨੇ ਇੱਦਾਂ ਕੀਤਾ ਵੀ ਅੱਗ ਨਹੀਂ ਲਗਾਈ ਗਈ, ਅਤੇ ਫਿਰ ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਆ। ਪਿੰਡ ਦੇ ਵਿੱਚ ਕਿੰਨੇ ਕੁ ਖੇਤ ਹੈ ਜਿਹੜੇ ਖਰਾਬ ਹੋਏ? ਖੇਤ ਜਿਨ੍ਹਾਂ ਨੇ ਅੱਗ ਨਹੀਂ ਲਾਈ ਜੀ, ਬਿਲਕੁਲ ਸਾਰਿਆਂ ਦੇ, ਉਹਨਾਂ ਦੇ ਮਤਲਬ ਸਾਰਿਆਂ ਦੀ ਖਰਾਬ ਹੋ ਗਏ ਜੀ, ਕੋਈ ਰਿਹਾ ਨਹੀਂ ਹੈਗਾ, ਸਾਰੇ ਸੁੰਡੀ ਨੇ ਖਾ ਲਈ ਜੀ ਉਹ, ਜਿਨ੍ਹਾਂ ਨੇ ਅੱਗ ਲਾਈ ਆ ਉਹ ਬਿਲਕੁਲ ਹੀ ਕੋਈ ਸੁੰਡੀ ਨਹੀਂ ਗਈ, ਉਹ 'ਚ ਕੁਛ ਨਹੀਂ ਹੈਗਾ, ਬਿਲਕੁਲ ਵਧੀਆ ਖੜੀ ਹੈ, ਕੋਈ ਐ ਨਹੀਂ। ਅਸੀਂ ਤਾਂ ਸਿਰਫ ਸਰਕਾਰ ਨੇ ਕਿਹਾ ਸਾਨੂੰ ਵੀ ਮਤਲਬ ਵੀ ਸਿੱਧੀ ਬਿਜਾਈ ਕਰੋ, ਬਿਨਾਂ ਅੱਗ ਲਾਏ ਕਰੋ, ਅਸੀਂ ਜੇ ਸਰਕਾਰ ਦੀ ਮੰਨੀ ਤਾਂ ਸਾਨੂੰ ਅੱਜ ਇਹ ਦੇਖਣਾ ਪੈ ਰਿਹਾ ਜੀ। ਖੇਤੀਬਾੜੀ ਅਫਸਰਾਂ ਨੂੰ ਮਿਲੇ ਸੀ ਤੁਸੀਂ, ਉਹਨਾਂ ਨੂੰ ਕੋਈ ਜਾਣਕਾਰੀ ਲੈਣ ਵਾਸਤੇ ਵੀ ਕਿਸ ਤਰ੍ਹਾਂ ਦੀ ਸਪਰੇਅ ਕਰੀ ਜਾਵੇ, ਕਿਸ ਤਰ੍ਹਾਂ ਇਹਨੂੰ ਬਚਾਇਆ ਜਾ ਸਕੇ? ਖੇਤੀਬਾੜੀ ਦੇ ਅਸੀਂ ਦਫ਼ਤਰਾਂ ਦੇ ਗੇੜੇ ਕੱਟ ਕੱਟ ਕੇ ਹੰਭ ਗਏ ਜੀ, 3 ਤੋਂ 4 ਗੇੜੇ ਲਾਏ ਉੱਥੇ, ਜਾਇਆ ਕਰੀਏ ਉੱਥੇ, ਕਹਿੰਦੇ ਨੇ ਕਰਨ ਵੀ ਡਾਕਟਰ ਦੀ ਬਦਲੀ ਹੋ ਗਈ ਹੈ, ਉਹ ਚਲੇ ਗਏ, ਹੁਣ 10 ਤੋਂ 15 ਦਿਨਾਂ ਤੱਕ ਆਉਣਗੇ ਡਾਕਟਰ, ਅਤੇ ਜਦੋਂ ਉਹਨਾਂ ਨੇ ਦੇਖਿਆ ਫਿਰ ਅਸੀਂ ਮਤਲਬ ਮਿਲੇ ਨਹੀਂ, ਜਦ ਅਸੀਂ ਫਿਰ ਆ ਕੇ ਹਾਰ ਕੇ ਕੀ ਕਰੀਏ, ਜਿਹੜੇ ਆਪਣੇ ਮੀਡੀਆ ਨੂੰ ਬੁਲਾ ਕੇ ਖਬਰ ਲਵਾਈ ਹੈ ਜੀ, ਵੀ ਚਲੋ ਮਾੜਾ ਮੋਟਾ ਕੋਈ ਗੌਰ ਕਰ ਲੈਣ, ਅਤੇ ਹੁਣ ਗੌਰ ਕੀਤੀ ਹੈ ਜੀ, ਮਤਲਬ ਹੁਣ ਕੋਈ ਖੇਤੀਬਾੜੀ ਵਾਲੇ ਆਏ, ਉਹਨਾਂ ਨੇ ਹੁਣ 100% ਹੀ ਕਹਿਤਾ ਵੀ ਤੁਹਾਡਾ ਮਤਲਬ 100% ਹੀ ਖਰਾਬ ਹੋ ਗਈ ਜੀ ਕਣਕ। ਬਿਲਕੁਲ, ਜੇ ਗੱਲ ਕਰੀਏ ਤਾਂ ਮੀਡੀਆ ਦੀ ਖਬਰ ਦੇ ਅਸਰ ਤੋਂ ਬਾਅਦ ਹੈ ਜਿਹੜਾ ਖੇਤੀਬਾੜੀ ਵਿਭਾਗ ਵੀ ਪਹੁੰਚਿਆ ਸੀ, ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਇੱਥੇ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਸੁਵਿੰਦਰਜੀਤ ਸਿੰਘ ਜੀ। ਸੁਵਿੰਦਰਜੀਤ ਸਿੰਘ, ਤੁਸੀਂ ਅੱਜ ਖੇਤ 'ਚ ਆਏ ਹੋ ਗੋਵਿੰਦਰ ਸਿੰਘ ਦੇ ਖੇਤ ਦੇ ਵਿੱਚ, ਕਿਸ ਤਰ੍ਹਾਂ ਦੇ ਹਾਲਾਤ ਹੈ, ਤੁਸੀਂ ਚੈਕਿੰਗ ਕੀਤੀ ਹੈਗੀ ਆ? ਇੱਥੇ ਆਪਣੇ ਜਿਹੜੇ ਗੋਵਿੰਦਰ ਸਿੰਘ ਕਿਸਾਨ ਸੀਗੇ, ਉਹਨਾਂ ਨੇ ਮਤਲਬ ਕਿ ਪਹਿਲਾਂ ਕੋਈ ਜਿਹੜੀ ਸਿਫਾਰਿਸ਼ ਉਹਦਾ ਹੈਗੀਆਂ ਸੀਗੀਆਂ, ਕਲੋਰੋਪੈਰੀਫੋਸ ਜਿਵੇਂ ਕਰੀ ਤਾਂ ਹੈਗੀ ਹੈ, ਪਰੰਤੂ ਜਿਹੜੀ ਸਿਫਾਰਿਸ਼ ਹੁੰਦੀ ਆ ਉਹ ਸਾਡੀ ਹੁੰਦੀ ਆ ਵੀ ਜਦੋਂ ਪਹਿਲਾਂ ਪਾਣੀ ਲਾਉਣੇ ਆ ਉਦੋਂ ਪਹਿਲਾਂ ਆਪਣੀ ਕਲੋਰੋ ਜਾਂ ਫਿਰ ਰੀਜੈਂਟ ਦਵਾਈ ਆ ਉਹ ਆਪਣੀ ਵਿੱਚ ਸਿੱਟਾ ਦਿੱਤਾ ਜਾਵੇ, ਉਹ ਇਦੋਂ ਬਾਅਦ ਦੇ ਵਿੱਚ ਉਹੀ ਆ, ਪਲੱਸ ਇੱਕ ਮੌਸਮ ਆਪਾਂ ਲਾ ਲਈਏ ਵੀ ਆਪਣੇ ਟੈਂਪਰੇਚਰ ਜ਼ਿਆਦਾ ਤਾਂ ਕਰਕੇ ਜਿਹੜੀ ਇਹ ਸੁੰਡੀ ਆ ਡੋਰਮੈਂਟ ਸਟੇਜ 'ਚ ਨਹੀਂ ਗਈ। ਵੈਸੇ ਵੀ ਇਹ ਸੁੰਡੀ ਖੇਤਾਂ ਦੇ ਵਿੱਚ ਪਈ ਰਹਿੰਦੀ ਆ ਪੂਰਾ ਸਾਲ ਹੀ, ਦੁਬਾਰਾ 'ਚ ਨਹੀਂ ਜਾ ਕੇ ਝੋਨੇ 'ਚ ਵੀ ਪੈਣਾ ਹੈਗਾ, ਅਤੇ ਤਾਂ ਕਰਕੇ ਅੱਜ ਤਾਂ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ, ਲਗਭਗ ਜਿਵੇਂ ਉਹਨਾਂ ਨੇ ਦੱਸਿਆ ਵੀ 16-17 ਏਕੜ ਦੇ ਲਗਭਗ ਇਹਨਾਂ ਦਾ ਹੈਗੀ ਆ ਜ਼ਮੀਨ, ਸਾਰੇ ਕਿਤੇ ਸੁੰਡੀ ਦਾ ਅਟੈਕ ਵੀ ਆ, ਅਤੇ ਲਗਭਗ ਦੁਬਾਰਾ ਲਾਉਣ ਵਾਲਾ ਕੰਮ ਹੀ ਆ ਵੀ ਰੀਸੋਇੰਗ ਹੀ ਕਰਨੀ ਪੈਂਦੀ ਪਰਸੈਂਟ ਜਿਹੜਾ ਹੈ ਨੁਕਸਾਨ ਹੈ, ਨੁਕਸਾਨ ਤਾਂ ਜਦੋਂ ਰੀਸੋਇੰਗ ਹੋ ਗਈ ਤਾਂ 100% ਹੀ ਹੋ ਗਿਆ ਨਾ ਆਪਣਾ ਲਗਭਗ ਜੀ, ਕਿਉਂਕਿ ਸਾਰੇ ਕਿਤੇ ਟੋਟਲੀ ਓਵਰਆਲ ਜ਼ਿਆਦਾ ਨੁਕਸਾਨ।
ਹੋ ਚੁੱਕਿਆ ਹੈਗਾ ਹੁਣ। ਇਹ ਤਾਂ ਪੂਰੇ ਪਿੰਡ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਨਜ਼ਰ ਆਇਆ ਹੋਊਗਾ ਜਾਂ ਤੁਸੀਂ ਚੈਕਿੰਗ? ਹਾਂ, ਪਿੰਡਾਂ ਦੇ ਵਿੱਚ ਕਈ ਥਾਵਾਂ 'ਤੇ ਆਇਆ, ਪਰ ਆਹ ਸਾਡਾ ਫਸਟ ਟਾਈਮ ਆ ਵੀ ਇੱਥੇ ਜਿਵੇਂ ਇੰਨਾ ਨੁਕਸਾਨ ਹੋਇਆ ਵੀ ਇੰਨਾ ਹੋਇਆ ਹੈਗਾ। ਜਿਹੜੇ ਕੋਈ ਕਿਸਾਨ ਸਾਡੇ ਨਾਲ ਕੰਟੈਕਟ 'ਚ ਆਉਂਦੇ, ਅਸੀਂ ਪਹਿਲਾਂ ਹੀ ਸਿਫਾਰਿਸ਼ ਕਰਦੇ ਹਾਂ ਵੀ ਜਿੱਥੇ ਆਪਣੇ ਇਸ ਵਾਰ ਜਿਵੇਂ ਟੈਂਪਰੇਚਰ ਥੋੜ੍ਹਾ ਜਿਹਾ ਜ਼ਿਆਦਾ ਹੈਗਾ ਤਾਂ ਆਪਾਂ ਪਹਿਲਾਂ ਹੀ ਵੀ ਸਪਰੇਅ ਆ ਉਹ ਕਰ ਲਈਏ। ਕਿਸਾਨਾਂ ਦਾ ਤਾਂ ਰੋਪ ਹੈ ਨਾ ਵੀ ਜਿਹੜਾ ਸਰਕਾਰ ਨੇ ਜਿਵੇਂ ਅੱਗ ਲਗਾਉਣ ਤੋਂ ਰੋਕਿਆ ਗਿਆ ਸੀਗਾ ਵੀ ਅੱਗ ਨਾ ਲਾਈ ਜਾਵੇ, ਤਾਂ ਅੱਗ ਨਾ ਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਕਣਕ ਜਿਹੜੀ ਬੀਜੀ ਸੀਗੀ, ਤਾਂ ਇਹ ਹਾਲਾਤ ਹੋਏ ਨੇ? ਨਹੀਂ ਨਹੀਂ, ਐਵੇਂ ਦਾ ਕੋਈ ਗੱਲ ਨਹੀਂ। ਜਿੱਥੇ ਅੱਗ ਲੱਗੀ ਆ ਨਹੀਂ ਲੱਗੀ ਆ ਉਹ ਅਲੱਗ ਗੱਲ ਆ, ਜਿੱਥੇ ਅੱਗ ਲੱਗੀ ਆ ਉੱਥੇ ਵੀ ਆਪਾਂ ਨੂੰ ਪ੍ਰੋਬਲਮ ਦੇਖਣ ਨੂੰ ਮਿਲ ਜਾਂਦੀ ਆ, ਜਿੱਥੇ ਨਹੀਂ ਲੱਗੀ ਉੱਥੇ ਵੀ ਮਿਲ ਜਾਂਦੀ ਆ। ਪਰ ਇਹ ਵੱਡਾ ਜਿਹੜਾ ਰੋਲ ਆ ਉਹ ਟੈਂਪਰੇਚਰ ਦਾ ਹੈਗਾ। ਜੇ ਟੈਂਪਰੇਚਰ ਇਹ ਠੰਡ ਹੋਣ ਵਧੂਗੀ ਤਾਂ ਇਸ ਤੋਂ ਬਾਅਦ ਦੇ ਵਿੱਚ ਆਟੋਮੈਟਿਕਲੀ ਜਿਹੜੀ ਸੁੰਡੀ ਆ ਡੋਰਮੈਂਟ ਸਟੇਜ ਚਲੀ ਜਾਊ ਅਤੇ ਨੁਕਸਾਨ ਆਪਣਾ ਕੋਈ ਨਹੀਂ ਹੋਣਾ ਇਸ ਤੋਂ ਬਾਅਦ ਦੇ ਵਿੱਚ। ਫਿਰ ਕਿਸ ਤਰ੍ਹਾਂ ਹੁਣ ਜਿਹੜੀ ਇਹਦੀ ਰਿਪੋਰਟ ਬਣਾ ਕੇ ਭੇਜੋਗੇ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਿਸਾਨ ਦਾ, ਕਿ ਉਹਨੂੰ ਮੁਆਵਜ਼ਾ ਮਿਲੂ ਜਾਂ ਜਿਹੜਾ ਬੀਜ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਉਹ ਮਿਲੇਗਾ ਜੀ? ਅਸੀਂ ਜਿਹੜਾ ਇਹ ਰਿਪੋਰਟ ਆ ਮੁੱਖ ਖੇਤੀਬਾੜੀ ਅਫਸਰ ਜੀ ਨੂੰ ਬਣਾ ਕੇ ਦੇਵਾਂਗੇ, ਜਿੰਨਾ ਵੀ ਨੁਕਸਾਨ ਹੈਗਾ ਗਾ ਜਿੰਨੇ ਕਿੱਲਿਆਂ ਦੇ ਵਿੱਚ ਹੈਗਾ ਗਾ। ਇਸ ਤੋਂ ਬਾਅਦ ਵਿੱਚ ਫਰਦਰ ਜਿਵੇਂ ਕੋਈ ਸਰਕਾਰ ਦੀ ਪੋਲਿਸੀ ਹੋਊਗੀ ਉਹਦੇ ਅਕੋਰਡਿੰਗ ਜੇ ਕੋਈ ਮੁਆਵਜ਼ਾ ਹੋਊਗਾ ਜਾਂ ਕੋਈ ਹੋਰ ਉਹਨਾਂ ਦਾ ਬਣਦਾ ਗਾ ਤਾਂ ਉਹ ਇਹਨਾਂ ਨੂੰ ਦਿੱਤਾ ਜਾਊਗਾ। ਬਿਲਕੁਲ, ਇਹ ਖੇਤੀਬਾੜੀ ਅਫਸਰ ਸੀ ਜਿਹੜੇ ਇੱਥੇ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਸਾਫ਼ ਕਿਹਾ ਵੀ ਹੁਣ ਜਿਹੜਾ ਇਸ ਦੀ ਰਿਪੋਰਟ ਹੈ ਜਿਹੜੀ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਊਗੀ, ਉਸ ਤੋਂ ਬਾਅਦ ਜਿਹੜਾ ਵੀ ਇਹਨਾਂ ਨੂੰ ਮੁਆਵਜ਼ਾ ਮਿਲੂਗਾ ਜਾਂ ਬੀਜ ਦਿੱਤਾ ਜਾਊਗਾ ਉਸ ਦੇ ਉੱਤੇ ਕਿਸਾਨ ਕੰਮ ਕਰਨਗੇ। ਪਰ ਕਿਸਾਨਾਂ ਦੀ ਜਿਹੜੀ ਮੰਗ ਹੈਗੀ ਆ ਵੀ ਇਸ ਦੇ ਨਾਲ ਨਾਲ ਜਿਹੜੇ ਸਾਡਾ ਨੁਕਸਾਨ ਹੋਇਆ ਉਸ ਦਾ ਵੀ ਪੂਰਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਖੇਤਾਂ ਦੇ ਵਿੱਚ ਨੁਕਸਾਨ ਨਾ ਹੋਵੇ। ABP ਸਾਂਝਾ, ਅਨਿਲ ਜੈਨ, ਸੰਗਰੂਰ।